ਹਲਕਾ ਖੇਮਕਰਨ ਦੇ ਕੋਨੇ ਕੋਨੇ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਓ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲੀ ਦਲ ਨਾ ਵਿਰਸੇ ਦੀ ਪਾਰਟੀ ਹੈ, ਨਾ ਮੇਰੀ ਪਾਰਟੀ ਹੈ, ਸੋਡੀ ਪਾਰਟੀ ਹੈ। ਸਾਡੀ ਜਾਇਦਾਦ ਨਹੀਂ ਹੈ, ਜਾਇਦਾਦ ਥੋਡੀ ਹੈ। ਅਕਾਲੀ ਦਲ ਤਕੜਾ ਤੇ ਆਪਣੀ ਕੌਮ ਤਕੜੀ ਹੈ, ਪੰਜਾਬ ਤਕੜਾ ਹੈ। ਬਹੁਤ ਤਾਕਤਾਂ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ, ਕਮਜ਼ੋਰ ਕਰਨ ਵਾਸਤੇ ਲੱਗੀਆਂ। ਇਹਨਾਂ ਸਾਜ਼ਿਸ਼ਾਂ ਨੂੰ ਸਮਝਣ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ, ਆ ਉਹ ਜਥੇਬੰਦੀ ਹੈ ਜਿਹਨੂੰ ਆਪਣੇ ਬਜ਼ੁਰਗਾਂ ਨੇ ਉਦੋਂ ਬਣਾਇਆ ਜਦੋਂ ਉਹਨਾਂ ਨੇ ਗੁਰੂ ਘਰਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਇਆ। ਜਦੋਂ ਆਜ਼ਾਦ ਕਰਾਇਆ ਉਹਨਾਂ ਨੇ ਉਦੋਂ ਸੋਚਿਆ ਕਿ ਆਪਾਂ ਨੂੰ ਇੱਕ ਸਿਆਸੀ ਤਾਕਤ ਚਾਹੀਦੀ ਹੈ, ਇੱਕ ਫੌਜ ਚਾਹੀਦੀ ਹੈ ਜਿਹੜੀ ਕੋਈ ਹਮਲਾ ਅੱਗੇ ਤੋਂ ਹੋਏ ਤਾਂ ਲੜ ਸਕੇ। ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਬਣਾਇਆ। 103 ਸਾਲ ਲਗਾਤਾਰ ਤੁਹਾਡੀ ਲੜਾਈ, ਦੇਸ਼ ਦੀ ਆਜ਼ਾਦੀ ਦੀ ਲੜਾਈ, ਕਿਸਾਨੀ ਦੀ ਲੜਾਈ, ਗਰੀਬ ਦੀ ਲੜਾਈ, ਪੰਜਾਬ ਦੀ ਲੜਾਈ, ਕੱਲੀ ਆਈ ਜਥੇਬੰਦੀ ਲੜਦੀ ਰਹੀ ਹੈ। ਮੈਨੂੰ ਕਿਤੇ ਕਿਤੇ ਦੁੱਖ ਹੁੰਦਾ ਜਦੋਂ ਬੈਠਣਾ, ਜਿਹੜਾ ਆਉਂਦਾ ਆਪਣੇ ਆਪ ਨੂੰ ਪੰਥਕ ਜਥੇਬੰਦੀ ਕਹਿ ਦਿੰਦਾ ਤੇ ਨਿਸ਼ਾਨਾ ਕੱਲਾ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ। ਕਿਤੇ ਉਹ ਕਾਂਗਰਸ ਦਾ ਨਾਂ ਨਹੀਂ ਲੈਂਦੇ, ਕਿਤੇ ਉਹ ਬੀਜੇਪੀ ਦਾ ਨਾਂ ਲੈਂਦੇ ਜਾਂ ਕਿਸੇ ਹੋਰ ਪਾਰਟੀ ਦਾ ਨਾਂ ਲੈਂਦੇ, ਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ। ਆਪਾਂ ਫਿਰ ਵੀ ਬਾਰ ਬਾਰ ਉਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਹਾਂ, ਫਿਰ ਆਪਾਂ ਪਛਤਾਉਂਦੇ ਹਾਂ ਜਦੋਂ ਨੁਕਸਾਨ ਹੋ ਜਾਂਦਾ ਹੈ। ਤੁਸੀਂ ਦੇਖੋ ਇਹਨਾਂ ਤਾਕਤਾਂ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਤੇ ਕੀ ਨੁਕਸਾਨ ਹੋਇਆ। ਅੱਜ RSS ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਤੇ ਕਬਜ਼ਾ ਕਰ ਲਿਆ, ਤਖ਼ਤ ਸ੍ਰੀ ਪਟਨਾ ਸਾਹਿਬ ਦੀ ਮੈਨੇਜਮੈਂਟ ਤੇ ਕਬਜ਼ਾ ਕਰ ਲਿਆ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੈਨੇਜਮੈਂਟ ਤੇ ਕਬਜ਼ਾ ਕਰ ਲਿਆ। ਸ਼੍ਰੋਮਣੀ ਗੁਰਦੁਆਰਾ ਕਮੇਟੀ ਜਿਹੜਾ ਆਪਣੀ ਪਾਰਲੀਮੈਂਟ ਹੈ, ਸਭ ਤੋਂ ਵੱਡੀ ਤਾਕਤ ਆ, ਉਹਨੂੰ ਤੋੜ ਕੇ ਹਰਿਆਣਾ ਅਲੱਗ ਕਰ ਦਿੱਤਾ ਤੇ SGPC ਤੇ ਵੀ ਹਮਲਾ ਕੀਤਾ ਸੀ, ਪਰ ਆਪਣੇ ਮੈਂਬਰ ਤਕੜੇ ਰਹੇ ਤੇ ਬਚਾ ਲਈਆ। ਖਾਲਸਾ ਜੀ ਕਦੋਂ ਜਾਗੋਗੇ, ਕਦੋਂ ਪਛਾਣੋਗੇ ਤਾਕਤਾਂ ਕੌਣ ਹੈ, ਕਿੱਥੋਂ ਆਈਆਂ, ਕਿਵੇਂ ਆਈਆਂ। ਮੈਂ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਨਹੀਂ ਹੈ, ਪਰ ਜਿੱਥੇ ਜਾਣਾ ਹੈ
ਲੋਕ ਸਵਾਲ ਪੁੱਛਦੇ ਆ ਜਿਹੜਾ ਮੈਂ ਹਲੇ ਤੱਕ ਕੋਈ ਮੈਨੂੰ ਜਵਾਬ ਨਹੀਂ ਦੇ ਸਕਿਆ, ਨਾ ਉਹ ਦੇਖ ਸਕਿਆ ਜਾਂ ਨਾ ਉਹਨਾਂ ਦੇ ਸਾਥੀ। ਆਏ ਕਿੱਥੋਂ, ਇੰਨੇ ਸਾਲ ਰਹਿੰਦੇ ਕਿੱਥੇ ਸੀ? ਜੇ ਇੰਨੇ ਪੰਥਕ ਸੀ ਫਿਰ ਬਾਲ ਕਿਉਂ ਕਟਾਏ? ਜੀਨਾ ਪਾਉਂਦੇ ਸੀ, ਬਾਲ ਕਟਾਉਂਦੇ ਸੀ, ਕੀ 28, 29, 30 ਪਤਾ ਨਹੀਂ ਕਿੰਨੀ ਸਾਲ ਦੀ ਉਮਰ ਹੈ, 30 ਦੇ ਵੱਧ ਹੋਣੀ ਆ ਉਮਰ, ਇੱਕਦਮ ਪੰਥ ਕਿੱਥੋਂ ਜਾਗ ਪਿਆ? ਜਹਾਜ਼ ਤੇ ਉਤਰਦੇ ਆ, ਇੱਕ ਮਹੀਨੇ 'ਚ ਡਰਾਮਾ ਹੁੰਦਾ, ਲਿਆਏ ਜਾਂਦੇ ਆ, ਅੰਮ੍ਰਿਤ ਛਕਾਇਆ ਜਾਂਦਾ, ਫਿਰ ਕਹਿੰਦੇ ਆ ਕਿ ਮੈਂ ਇਕੱਲਾ ਧਰਮ ਦਾ ਪ੍ਰਚਾਰ ਕਰੂੰਗਾ। ਬਹੁਤ ਵਧੀਆ ਗੱਲ, ਜੋ ਵੀ ਧਰਮ ਦਾ ਪ੍ਰਚਾਰ ਕਰਦਾ ਆਪਾਂ ਸਾਰੇ ਉਹਨਾਂ ਦੇ ਸਾਥ ਦੇਣਾ ਚਾਹੀਦਾ, ਨਸ਼ੇ ਛੁਡਾਉਣ ਦਾ ਸਾਥ ਸਾਰਿਆਂ ਨੂੰ ਦੇਣਾ ਚਾਹੀਦਾ। ਕਹਿੰਦੇ ਮੈਂ ਉਹਦੇ ਬਾਅਦ ਮੈਂ ਦੇਸ਼ ਦੀ ਕਾਨਸਟੀਟਿਊਸ਼ਨ ਨਹੀਂ ਮੰਨਦਾ। ਫਿਰ ਖਾਲਿਸਤਾਨ ਦੀ ਗੱਲ ਆ ਜਾਂਦੀ ਹੈ ਅਤੇ ਉਹਦੇ ਬਾਅਦ ਇੱਥੋਂ ਲਿਜਾਇਆ ਜਾਂਦਾ ਅਤੇ ਵਾਪਸ MP ਦਾ ਉਮੀਦਵਾਰ ਕਰਕੇ ਬੁਲਾਇਆ ਜਾਂਦਾ। ਮੈਂ ਪੁੱਛਣਾ ਚਾਹੁੰਦਾ, ਪਹਿਲੀ ਗੱਲ ਕਿ ਵਿਰਸਾ ਸਿੰਘ ਬਲਟੋਆ ਨੇ ਦੇ ਪਰਿਵਾਰ ਨੇ ਕਿਤੇ ਰੌਲਾ ਪਾਇਆ ਕਿ ਸਾਨੂੰ 7 ਸਾਲ ਹੋ ਗਏ ਜੇਲ੍ਹ 'ਚ, NSA 'ਚ, ਉਹ ਹੈ NSA 'ਚ ਮੇਰਾ ਵੀਰ ਉੱਥੇ ਡਿਬਰੂਗੜ੍ਹ ਹੈ, ਕਿ ਸਾਨੂੰ ਛੱਡੋ, ਸਾਨੂੰ ਛੱਡੋ। ਸਾਹਿਬ ਪ੍ਰਕਾਸ਼ ਸਿੰਘ ਬਾਦਲ 16 ਸਾਲ NSA 'ਚ ਰਹੇ ਆ, 16 ਸਾਲ ਤਾਮਿਲਨਾਡੂ ਦੀ ਜੇਲ੍ਹਾਂ 'ਚ, ਨਾਗਾਲੈਂਡ ਦੀ ਜੇਲ੍ਹਾਂ, ਜਬਲਪੁਰ ਦੀ ਜੇਲ੍ਹਾਂ 'ਚ। ਕਿਤੇ ਤੁਸੀਂ ਮੇਰੇ ਮਾਤਾ ਜੀ ਨੂੰ, ਮੈਨੂੰ ਕਿਤੇ ਧਰਨੇ ਦਿੰਦੇ ਦੇਖਿਆ ਕਿ ਸਾਡੇ ਬਾਪੂ ਨੂੰ ਛੱਡ ਦਿਓ, ਸਾਡੇ ਬਾਪੂ ਨੂੰ ਛੱਡ ਦਿਓ? ਜਿਹੜਾ ਬੰਦਾ ਝੱਲ ਨਹੀਂ ਸਕਦਾ ਉਹ ਕੌਮ ਦੀ ਅਗਵਾਈ ਕਰੂਗਾ? ਮੇਰੇ ਭੈਣ ਦਾ ਵਿਆਹ ਸੀ, ਉਹ ਅਫਸਰ ਕਹਿੰਦੇ ਕਿ ਤੁਸੀਂ ਬਾਹਰ ਵੱਡੇ ਬਾਦਲ ਸਾਹਿਬ ਨੂੰ ਤੁਸੀਂ ਇੱਕ ਚਿੱਠੀ ਲਿਖ ਦਿਓ, ਪਰੋਲ ਲੈ ਲਓ। ਵੱਡੇ ਬਾਦਲ ਸਾਹਿਬ ਕਹਿੰਦੇ ਮੇਰੀ ਬੇਟੀ ਦਾ ਵਿਆਹ ਕੌਮ ਕਰੂਗੀ, ਮੈਂ ਨਾ ਜ਼ਿੰਦਗੀ 'ਚ ਪਰੋਲ ਲਿੱਤੀ ਹੈ ਨਾ ਜ਼ਮਾਨਤ ਲਿੱਤੀ ਹੈ। ਫਰਕ ਪਛਾਣੀਏ ਕਿਹੜੀ ਲੀਡਰ ਹੈ। ਸਰ ਭਗਤ ਸਿੰਘ ਨੇ ਕਿਤੇ ਕਿਹਾ ਕਿ ਮੈਨੂੰ ਫਾਂਸੀ ਨਾ ਚੜਾਓ? ਆਪਣੀ ਕੌਮ ਨੂੰ ਹੋ ਕੀ ਗਿਆ? ਅੱਛਾ ਕਿਹੜੇ ਲੋਕ ਹੈ? ਹੁਣ ਮੈਂ ਕੱਲ ਬਿਆਨ ਸੁਣ ਰਿਹਾ ਸੀ ਦਾਦੂਵਾਲ ਦਾ ਬਿਆਨ, 10 ਦਿਨ ਪਹਿਲੇ ਦਾਦੂਵਾਲ ਦਾ ਬਿਆਨ ਸੀ ਕਿ ਹਰਿਆਣੇ ਵਿੱਚ BJP ਨੂੰ ਜਿਤਾਓ, ਤੇ ਅੱਜ ਬਿਆਨ ਹੈ ਉਹਦਾ ਕਿ ਖਡੂਰ ਸਾਹਿਬ ਜਾਂ ਭਾਈ ਅੰਮ੍ਰਿਤਪਾਲ ਨੂੰ ਜਿਤਾਓ। ਆ ਸਵਾਲ ਹੈ, ਕਿੱਥੋਂ ਕਿਹਦੀ ਸਪੋਰਟ ਹੈ, ਕਿਹੜੀਆਂ ਏਜੰਸੀਆਂ ਲੱਗੀਆਂ, ਨਿਸ਼ਾਨਾ ਕੀ ਹੈ? ਨਿਸ਼ਾਨਾ ਇੱਕੋ ਇੱਕ ਹੈ, ਤੁਹਾਨੂੰ ਕਮਜ਼ੋਰ ਕਰਨਾ, ਤੁਹਾਡੀ ਪਾਰਟੀ ਨੂੰ ਕਮਜ਼ੋਰ ਕਰਨਾ, ਤੁਹਾਡੀ ਮਾਂ ਪਾਰਟੀ ਨੂੰ ਖਤਮ ਕਰਨਾ। ਬੰਦੀ ਸਿੱਖ ਕੌਣ ਹੈ? ਪਹਿਲੀ ਗੱਲ ਮੈਂ ਕਹਿਣਾ ਚਾਹੁੰਦਾ, ਭਾਈ ਅੰਮ੍ਰਿਤਪਾਲ ਬੰਦੀ ਸਿੱਖ ਨਹੀਂ ਹੈ। ਬੰਦੀ ਸਿੱਖ ਉਹ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਜਦੋਂ ਹਮਲਾ ਹੋਇਆ, ਤੁਹਾਡੇ ਭੈਣਾਂ ਭਰਾਵਾਂ ਦਾ ਕਤਲੇਆਮ ਕੀਤਾ,
ਜਦੋਂ ਕਤਲੇਆਮ ਕੀਤਾ ਬਰਦਾਸ਼ਤ ਨਹੀਂ ਹੋਇਆ ਕਿ ਕਾਂਗਰਸ ਸਰਕਾਰ ਨੇ ਕਾਂਗਰਸ ਨੇ ਲੀਡਰ ਨੇ ਕੀਤਾ, ਜਜ਼ਬਾਤੀ ਹੋ ਕੇ ਉਹਨਾਂ ਨੇ ਕਦਮ ਚੁੱਕੇ। ਉਹ ਇਹ ਨਹੀਂ ਉਹਨਾਂ ਨੇ ਕਿਹਾ ਕਿ ਸਾਨੂੰ ਛੱਡ ਦਿਓ, ਮਾਫ ਕਰ ਦਿਓ। ਉਹ ਕੀ ਕਹਿ ਰਹੇ ਹੈ ਕਿ ਜੋ ਦੇਸ਼ ਦਾ ਕਾਨੂੰਨ ਹੈ, ਸਾਡੀਆਂ ਸਜ਼ਾ ਪੂਰੀਆਂ ਹੋ ਗਈਆਂ, ਕੱਲੇ ਸਜ਼ਾ ਪੂਰੀਆਂ ਨਹੀਂ ਦੁਗਣੀਆਂ ਹੋ ਗਈਆਂ, ਇਸ ਕਰਕੇ ਹਿਊਮੈਨੀਟੇਰੀਅਨ ਰਾਈਟ ਸਾਡੇ ਹੈ, ਤੁਸੀਂ ਸਾਨੂੰ ਰੱਖ ਨਹੀਂ ਸਕਦੇ। ਜੇ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਹੈ, ਜੇ ਆ ਜਿਹੜਾ ਦੇਖਿਆ ਬਿਸਕਿਟ ਬਾਨੋ ਉਹੀ ਹੈ, ਉਹਦੇ ਕਾਤਲਾਂ ਨੂੰ ਬੀਜੇਪੀ ਛੱਡ ਦਿੰਦੀ ਹੈ, ਰੇਪ ਕੀਤਾ, ਕਤਲ ਕੀਤਾ, ਅਸੀਂ ਤਾਂ ਕੱਲੇ ਕਿਹਾ ਇਹਨਾਂ ਨੂੰ ਛੱਡ, ਉਹਨਾਂ ਦੀ ਸਜ਼ਾ ਪੂਰੀਆਂ ਹੋ ਗਈਆਂ। ਇੱਕ ਸਾਲ ਛੜੇ 6 ਮਹੀਨੇ ਹੋ ਕੇ ਬੰਦਾ ਬੰਦੀ ਸਿੱਖ ਨਹੀਂ ਬਣ ਜਾਂਦਾ, ਆ ਫਰਕ ਹੈ। ਨਾਲੇ ਜਿਵੇਂ ਵਿਰਸੇ ਨੇ ਕਿਹਾ, ਇੰਨੇ ਸੇ ਲਾਉਣ ਵਾਲੇ ਝਾੜੂ ਵਾਲੇ, ਇੰਨੇ ਸੇ ਡਿਬਰੂਗੜ੍ਹ ਭੇਜਣ ਵਾਲੇ ਝਾੜੂ ਵਾਲੇ, ਪਰ ਝਾੜੂ ਦੇ ਖਿਲਾਫ ਕੋਈ ਬੋਲਦਾ ਹੀ ਨਹੀਂ। ਝਾੜੂ ਨੂੰ ਤਾਂ ਵਧੀਆ ਕਹਿੰਦੇ ਹੈ, ਤੇ ਹੁਣ ਕੱਲੇ ਬੋਲਦੇ ਆ ਅਕਾਲੀ ਦਲ। ਹੁਣ ਪਤਾ ਸੀ ਖਡੂਰ ਸਾਹਿਬ 35 ਸੀਟ ਹੈ, ਇਹ ਕਿਵੇਂ ਹਰਾਈ ਜਾਊਗੀ? ਲਿਆਓ ਆਪਣਾ ਬੰਦਾ, ਖੜੇ ਕਰੋ, ਸਮਝੋ ਕੀ ਸਾਜਿਸ਼ ਹੈ। ਆਪਾਂ ਦੇਖ ਲਿਆ ਕਿਹੋ ਜਿਹੇ ਹਾਲਾਤ ਚੋਂ ਨਿਕਲੇ ਹੈ। ਮਸਾਂ ਪੰਜਾਬ ਵਿੱਚ ਅਮਨ ਸ਼ਾਂਤੀ ਆਈ ਹੈ, ਸਿੱਖ ਕੌਮ ਆਪਣਾ ਘਰ ਹੈ, ਆਪਾਂ ਇੱਥੋਂ ਕਿਤੇ ਬਾਹਰ ਰਾਹ ਜਾ ਨਹੀਂ ਸਕਦੇ, ਆਪਾਂ ਇੱਥੇ ਹੀ ਤਕੜੇ ਹੋ ਸਕਦੇ ਹਾਂ, ਇੱਥੇ ਹੀ ਸਫਲ ਹੋ ਸਕਦੇ ਹਾਂ। ਅਤੇ ਇਕੱਲੀ ਇੱਕ ਪਾਰਟੀ ਹੈ ਜੋ ਸੋਚਦੀ ਹੈ ਕਿ ਪੰਜਾਬ ਤਕੜਾ ਹੋਏ ਅਤੇ ਆਪਣੀ ਕੌਮ ਪੰਜਾਬੀ ਤਕੜੇ ਹੋਣਗੇ। ਮੇਰੇ ਕਿਸਾਨ ਵੀਰ ਬੈਠੇ ਹੈ, ਮੈਂ ਤੁਹਾਨੂੰ 5-6 ਸਵਾਲ ਪੁੱਛਣਾ ਚਾਹੁੰਦਾ। ਤੁਹਾਨੂੰ ਟਿਊਬਵੈੱਲ ਕਨੈਕਸ਼ਨ ਕਦੋਂ ਮਿਲਿਆ? ਬੱਚਿਆਂ ਨੂੰ ਸ਼ਾਇਦ ਨਾ ਪਤਾ ਹੋਏ, ਉਹ ਤਰੀਕਾਂ ਕਢਾ ਲਿਓ। ਮੈਂ RTI ਤੋਂ ਕਢਾਇਆ, 15 ਲੱਖ ਟਿਊਬਵੈੱਲ ਕਨੈਕਸ਼ਨ ਪੰਜਾਬ ਦੇ ਹੈ, 13.5 ਲੱਖ ਤੁਹਾਡੀ ਜਥੇਬੰਦੀ ਅਕਾਲੀ ਦਲ ਨੇ ਦਿੱਤੇ ਹੈ। ਇਹਨਾਂ ਟਿਊਬਵੈੱਲ ਕਨੈਕਸ਼ਨਾਂ ਵਿੱਚ ਬਿਜਲੀ ਮੁਫਤ ਦੇਣ ਵਾਲਾ ਅਕਾਲੀ ਦਲ, ਤੁਹਾਡੇ ਨਹਿਰਾਂ ਕਸੀਆਂ ਕੱਢਣ ਵਾਲਾ ਅਕਾਲੀ ਦਲ, ਆ ਮੰਡੀਆਂ ਬਣਾਉਣ ਵਾਲਾ ਅਕਾਲੀ ਦਲ, ਖਾਲੇ ਬਣਾਉਣ ਵਾਲਾ ਅਕਾਲੀ ਦਲ, ਅੰਡਰਗਰਾਊਂਡ ਪਾਈਪ ਰਾਹੀਂ ਪਾਣੀ ਭੇਜਣ ਵਾਲਾ ਅਕਾਲੀ ਦਲ, ਇੱਕ ਵੀ ਨਿਸ਼ਾਨੀ ਕਾਂਗਰਸ ਦੀ ਝਾੜੂ ਦੀ ਕਿਸੇ ਵੀ ਦੱਸ ਦਿਓ। ਤੁਹਾਡੇ ਟਰੈਕਟਰਾਂ ਦੇ ਟੈਕਸ ਹੁੰਦਾ ਸੀ ਮਾਫ ਕਰਨ ਵਾਲਾ ਅਕਾਲੀ ਦਲ, ਆ ਗਰੀਬ ਜਨਤਾ ਬੈਠੀ ਹੈ 4 ਰੁਪਏ ਕਿਲੋ ਆਟਾ ਦਾ, 20 ਰੁਪਏ ਕਿਲੋ ਦਾਲ ਦੇਣ ਵਾਲਾ ਅਕਾਲੀ ਦਲ, ਸ਼ਗਨ ਦੇਣ ਵਾਲਾ ਅਕਾਲੀ ਦਲ, ਪੈਨਸ਼ਨ ਦੇਣ ਵਾਲਾ ਅਕਾਲੀ ਦਲ, SC ਬੱਚਿਆਂ ਨੂੰ ਸਕਾਲਰਸ਼ਿਪ ਦੇ ਕੇ 6 ਲੱਖ ਬੱਚੇ ਹਰ ਸਾਲ ਪੜ੍ਹਾਉਂਦੇ ਸੀ ਮੁਫਤ ਪੜ੍ਹਾਉਣ ਵਾਲਾ ਅਕਾਲੀ ਦਲ, ਲੜਕੀਆਂ ਨੂੰ ਸਰਕਾਰੀ ਸਕੂਲ ਪੜ੍ਹਨ ਵਾਸਤੇ ਸਾਈਕਲ ਦੇਣ ਵਾਲਾ ਅਕਾਲੀ ਦਲ, 200 ਯੂਨਿਟ ਬਿਜਲੀ ਦੇ ਮਾਫ ਕਰਨ ਵਾਲਾ ਅਕਾਲੀ ਦਲ। ਤੇ ਤੁਸੀਂ ਤਾਂ ਜਾਣਦੇ ਹੋ, ਖੇਮ ਕਰਨ ਵਾਲੇ ਹੋ, ਤੁਸੀਂ ਕਿਹੜਾ ਬਿੱਲ ਭਰਦੇ ਹੁੰਦੇ ਸੀ? ਠੀਕ ਸੀ ਨਾ? ਹੁਣ ਸਾਰੇ ਹੁਣ ਜਿੰਨਾ ਹੁਣ ਕੀ ਕਰਦੇ ਹੋ? ਹੁਣ ਝਾੜੂ ਵਾਲੇ ਹੈ, ਦੇਖੋ ਕੀ ਹੁੰਦਾ ਹੈ।
ਤੁਹਾਡਾ ਕੋਈ ਸੁਣਨ ਵਾਲਾ ਨਹੀਂ, ਫਿਰ ਆਪਾਂ ਕਿਉਂ ਆਪਣੀ ਜ਼ਿੰਦਗੀ ਖਰਾਬ ਕਰਨ ਤੇ ਲੱਗੇ ਹੈ? ਆਹ ਦਿੱਲੀ ਵਾਲੀਆਂ ਪਾਰਟੀਆਂ ਦੀ ਸਾਜ਼ਿਸ਼ਾਂ ਦੇ ਸ਼ਿਕਾਰ ਹੋ ਰਹੇ ਹੈ। ਦਿੱਲੀ ਵਾਲੀਆਂ ਪਾਰਟੀਆਂ ਨੇ ਦੇਖਿਆ ਕਿ ਖਾਲਸਾ ਪੰਥ ਨੂੰ ਕਮਜ਼ੋਰ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਉਸ ਦੀ ਫੌਜ ਕਮਜ਼ੋਰ ਕਰ ਦਿਓ, ਤੇ ਨਤੀਜਾ ਤੁਸੀਂ ਦੇਖ ਹੀ ਲਿਆ। ਤੁਸੀਂ ਦੇਖ ਲਿਆ ਕਿਵੇਂ ਭਗਵੰਤ ਮਾਨ ਨੇ ਤੇ ਅਮਿਤ ਸ਼ਾਹ ਨਾਲ ਮਿਲ ਕੇ ਤੁਹਾਡੇ ਬਾਰਡਰ ਤੇ ਪੰਜਾਬ ਦੇ ਹੱਦ ਵਿੱਚ ਤੁਹਾਨੂੰ ਰੋਕਿਆ, ਬੰਬ ਸਿੱਟੇ, ਗੋਲੀਆਂ ਚਲਾਈਆਂ, ਸ਼ਹੀਦ ਕੀਤੇ। ਤੁਸੀਂ ਸੋਚਦੇ ਹੋ ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਹਰਿਆਣੇ ਦੀ ਕਿ ਆਪਣੇ ਪੰਜਾਬ ਦੀ ਧਰਤੀ 'ਤੇ ਇੰਨਾ ਕੁਛ ਹੋ ਜਾਂਦਾ? ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਖਾਲਸਾ ਜੀ ਆਹ ਆਪਣਾ ਘਰ ਹੈ, ਇੱਥੇ ਘਰ ਵਿੱਚ ਤੁਸੀਂ ਦੇਖਿਆ ਆਈ ਜਥੇਬੰਦੀ ਤੁਹਾਡੀ ਹੈ, ਦੂਜੇ ਜਿੰਨੇ ਹੈ ਉਹ ਆਉਂਦੇ ਹੈ ਤੁਹਾਨੂੰ ਕਮਜ਼ੋਰ ਕਰਨ ਵਾਸਤੇ। ਹੁਣ ਆ ਧਿਆਨ ਸਿੰਘ ਮੰਨ ਕੋਈ ਪੰਥਕ ਹੈ? ਆ ਜਿਹੜਾ ਦਾਦੂ ਵੱਲ ਆ ਸਾਰੇ ਜਿੰਨੇ ਹੈ ਏਜੰਸੀਆਂ ਦੇ ਬੰਦੇ ਹੈ, ਏਜੰਸੀਆਂ ਉਹਨਾਂ ਨੂੰ ਖੇਮ ਕਰਦੀਆਂ। ਐਂਡ ਮੈਂ ਵਿਰਸਾ ਸਾਹਮਣੇ ਸੀ ਜਦੋਂ ਮੈਂ ਟੈਲੀਫੋਨ ਕੀਤਾ ਪੁੱਛਣ ਵਾਸਤੇ, ਕਾਗਜ਼ਾਂ ਵਾਸਤੇ, ਆਪਣੇ ਇੱਥੇ ਖਡੂਰ ਸਾਹਿਬ ਦਾ ਜਿਹੜਾ ਹਲਕਾ ਰਿਟਰਨਿੰਗ ਅਫਸਰ, ਰਿਟਰਨਿੰਗ ਅਫਸਰ ਨੇ ਕਿਹਾ ਕਿ ਮੈਨੂੰ ਸੁਪਰਡੈਂਟ ਜੇਲ ਦਾ, ਡਿਬਰੂਗੜ੍ਹ ਜੇਲ ਦਾ ਸੁਪਰਡੈਂਟ ਦਾ ਫੋਨ ਆਇਆ ਕਿ ਕਾਗਜ਼ ਸਾਰੇ ਠੀਕ ਹੈ, ਮੇਰੇ ਸਾਹਮਣੇ ਹੈ, ਆ ਕਾਗਜ਼ ਰਿਜੈਕਟ ਨਾ ਕਰਿਓ। ਪਹਿਲੀ ਗੱਲ, ਸੁਪਰਡੈਂਟ ਕਿਉਂ ਕਹੂਗਾ ਕਿ ਉਹਦਾ ਕੋਈ ਮਾਸੀ ਦਾ ਮੁੰਡਾ ਕਿ ਮੈਂ ਕੋਈ ਕਰਾਉਣਾ? ਹਲੇ ਵੀ ਨਹੀਂ ਸਮਝਦੇ। ਮੈਂ ਇੱਕ ਹੋਰ ਪੁੱਛਣਾ ਚਾਹੁੰਦਾ, ਜੇ ਖਾਲਸਾ ਜੀ ਆਪਾਂ ਵਕੀਲ ਕਰਾਂਗੇ, ਜੇ ਤੁਸੀਂ ਵਕੀਲ ਕਰੋਗੇ ਕਿ ਕਾਂਗਰਸੀ ਨੂੰ ਵਕੀਲ ਕਰੋਗੇ? ਨਹੀਂ ਤੇ ਭਾਈ ਅੰਮ੍ਰਿਤਪਾਲ ਦਾ ਵਕੀਲ ਕੌਣ ਹੈ? ਆਰਐਸਐਸ ਦਾ ਮਾਲਵੇ ਦਾ ਹੈੱਡ ਹੈ, ਗੂਗਲ ਕੱਢ ਕੇ ਹੁਣੀ ਦੇਖ ਲਿਓ, ਆਰਐਸਐਸ ਦਾ ਹੈੱਡ ਹੈ। ਇਹਦੇ ਵੱਧ ਕੀ ਕਹਿ ਸਕਦੇ? ਇਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ। ਆਹ ਦੇਖੋ ਨਾਲ ਆਹ ਵਕੀਲ ਹੈ, ਆਰਐਸਐਸ ਦੇ ਨਾਲ ਖੜਾ ਆ ਖੜਾ, ਆਹ ਦੇਖੋ ਆਹ ਵਕੀਲ, ਟਿਕਟ ਇਹਨੇ ਅਨਾਊਂਸ ਕੀਤੀ, ਆ ਗਿਆ ਉੱਥੇ ਡਿਬਰੂਗੜ੍ਹ ਜੇਲ, ਜੇਲ੍ਹ ਤੋਂ ਨਿਕਲ ਕੇ ਪਰਿਵਾਰ ਕਹਿ ਰਿਹਾ ਅਸੀਂ ਨਹੀਂ ਲੜ, ਸਾਡੀ ਕੋਈ ਸੋਚ ਨਹੀਂ, ਅਤੇ ਡਿਬਰੂਗੜ੍ਹ ਜੇਲ੍ਹ 'ਚ ਆਰਐਸਐਸ ਦਾ ਵਕੀਲ ਆ ਕੇ ਕਹਿੰਦਾ ਜੀ ਲੜ ਰਿਹਾ ਜੀ, ਕਾਗਜ਼ ਸਹੀ ਕਰਤੇ ਸਾਰੇ। ਯਾਰ ਸਾਨੂੰ ਤਾਂ ਬਾਦਲ ਸਾਹਿਬ ਮੁੱਖ ਮੰਤਰੀ ਆਪਣੇ ਐਨਐਸਏ ਸੀ, ਜਿਵੇਂ ਵਿਰਸੇ ਨੇ ਦੱਸਿਆ 9-9, 8-8, 7-7 ਮਹੀਨੇ ਮਿਲ ਨਹੀਂ ਦਿੰਦੇ ਸੀ, ਇੱਥੇ ਹਰ ਹਫਤੇ ਮਿਲਦੇ। ਸੋ ਆਹ ਸਵਾਲ ਹੈ, ਮੈਂ ਕਹਿਣਾ ਚਾਹੁੰਦਾ ਸੋਚਿਓ, ਧਰਮ ਪ੍ਰਚਾਰ ਕਰਨਾ ਬਹੁਤ ਵਧੀਆ ਗੱਲ ਹੈ, ਨਸ਼ੇ ਛੁਡਾਉਣਾ ਬਹੁਤ ਵਧੀਆ ਗੱਲ ਹੈ, ਪਰ ਇਹਦੇ ਪਿੱਛੇ ਹੋਰ ਕੁਛ ਕਰਨਾ, ਉਹਨੂੰ ਅੱਗੇ ਰੱਖ ਕੇ ਇਹਦਾ ਮਤਲਬ ਕੌਮ ਦੇ ਪਿੱਠ 'ਤੇ ਛੁਰਾ ਮਾਰਨਾ ਹੈ। ਇਸ ਕਰਕੇ ਬਚ ਜਾਓ।
ਅਕਾਲੀ ਦਲ ਨੂੰ ਫਿਰ ਤੋਂ ਕਮਜ਼ੋਰ ਕਰੋਗੇ। ਆ ਉਹੀ ਲੋਕ ਹੈ ਜਿਨ੍ਹਾਂ ਨੇ ਹੁਣ ਚਾਹੁੰਦੇ ਹੈ ਕਿ ਹੁਣ ਦਰਬਾਰ ਸਾਹਿਬ 'ਤੇ ਕਾਬਜ਼ ਹੋਈਏ, ਐਸ ਜੀ ਪੀ ਸੀ 'ਤੇ ਕੰਟਰੋਲ ਕਰੀਏ। ਜੇ ਤੁਸੀਂ ਦੇਣਾ ਚਾਹੁੰਦੇ ਐਸ ਜੀ ਪੀ ਸੀ ਆਰ ਐੱਸ ਐੱਸ ਨੂੰ, ਇਕੱਲੀ ਆਹ ਬਚੀ ਹੈ, ਬਾਕੀ ਤਾਂ ਕਬਜ਼ਾ ਕਰ ਗਏ, ਫਿਰ ਤੁਹਾਡੇ ਹੱਥ 'ਚ ਹੈ। ਖਾਲਸਾ ਜੀ, 1 ਜੂਨ ਭੁੱਲਿਓ ਨਾ, ਭੁੱਲ ਗਏ ਆਪਾਂ 40 ਸਾਲ ਪਹਿਲੇ ਟੈਂਕਾਂ ਤੋਂ ਆਪਣੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ। ਪਰ ਦੁੱਖ ਹੁੰਦਾ ਕਿ ਉਸ ਹਮਲੇ ਦੇ ਬਾਅਦ 3 ਵਾਰ ਆਪਾਂ ਕਾਂਗਰਸ ਦੀ ਸਰਕਾਰ ਬਣਾਤੀ, ਕਾਂਗਰਸ ਦੀ ਸਰਕਾਰ ਬਣਾਤੀ। ਫਿਰ ਉਹ ਲੋਕਾਂ ਨੂੰ, ਉਸਦਾਰਾਂ ਨੂੰ ਕੀ ਕਹਾਂਗੇ? ਉਹ ਕੌਣ ਹੈ ਜਿਹੜਾ ਹਮਲਾ ਭੁੱਲ ਗਏ, ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਭੁੱਲ ਗਏ, ਜਿਹੜੇ ਹੁਣ ਵੀ ਉਹਨਾਂ ਸਰੋਪੇ ਦੋ ਦੋ ਗਨਮੈਨ ਪਿੱਛੇ ਸਰੋਪੇ ਲੈ ਲੈਂਦੇ ਹੈ, ਪਾ ਲੈਂਦੇ ਆ, ਪਾਰਟੀਆਂ ਬਦਲ ਲੈਂਦੇ ਆ, ਦੋ ਗਨਮੈਨ ਦੇ ਦਿਓ, ਚੇਅਰਮੈਨ ਦੇ ਦਿਓ, ਕਿ ਇਹ ਜੀ ਕੌਮ ਆਪਣੀ ਹੈ? ਇਸ ਕਰਕੇ ਮੈਂ ਬੇਨਤੀ ਕਰਦਾ, ਅਕਾਲੀ ਦਲ ਤੁਹਾਡੀ ਕਿੱਲਾ ਹੈ, ਆਪਣੀ ਤਾਕਤ ਹੈ, ਆ ਤਾਕਤ ਨੂੰ ਖੇਰੂ ਖੇਰੂ ਕਰਨ ਵਾਲਿਆਂ ਨੂੰ ਪਛਾਣੀਏ, ਤਾਂ ਹੀ ਕੌਮ ਬਚੂਗਾ, ਤਾਂ ਹੀ ਪੰਜਾਬ ਬਚੂਗਾ। ਅਤੇ ਮੈਂ ਫਿਰ ਤੋਂ ਕਹਿਣਾ ਚਾਹੁੰਦਾ, ਜਿਹੜੇ ਸਿੱਖ ਕੌਮ ਹੈ, ਸੈਕੂਲਰ ਕੌਮ ਹੈ, ਦੇਖੋ 9ਵੇਂ ਪਾਤਸ਼ਾਹ ਨੇ, ਗੁਰੂ ਸਾਹਿਬ ਨੇ ਇੱਕ ਹਿੰਦੂ ਧਰਮ ਬਚਾਉਣ ਵਾਸਤੇ ਆਪਣਾ ਸੀਸ ਕੁਰਬਾਨ ਕਰਤਾ। ਇਹ ਤੋਂ ਵੱਡਾ ਐਗਜ਼ਾਮਪਲ ਸੈਕੂਲਰਿਜ਼ਮ ਦਾ ਕੀ ਹੈ? ਇੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹੈ, ਕਈ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਇੱਥੇ ਅੱਗ ਲਾਉਣੀਆਂ ਚਾਹੁੰਦੀਆਂ ਕਿ ਪੰਜਾਬ ਦੇ ਵਿੱਚ ਅੱਗ ਲੱਗੀ ਰਹੇ। ਅਕਾਲੀ ਦਲ ਨੂੰ ਪਤਾ, ਸ਼੍ਰੋਮਣੀ ਅਕਾਲੀ ਦਲ ਨੂੰ, ਕਿ ਆ ਸਾਡਾ ਘਰ ਹੈ, ਜੇ ਇੱਥੇ ਅੱਗ ਲੱਗੀ ਰਹੂਗੀ ਤਾਂ ਇੱਥੇ ਨੁਕਸਾਨ ਆਪਣਾ ਹੀ ਹੋਣਾ। ਸਾਡੀ ਸੋਚ ਹੈ ਕਿ ਸਾਰਿਆਂ ਨੂੰ ਇਕੱਠਾ ਰੱਖੀਏ, ਭਰਾਵਾਂ ਵਾਂਗੂ ਰੱਖੀਏ, ਆਈ ਤਾਕਤ ਆਪਣੀ ਹੈ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਜੇ ਪੰਜਾਬ ਬਚਾਉਣਾ, ਜੇ ਖਾਲਸਾ ਪੰਥ ਤੁਸੀਂ ਅਕਾਲੀ ਦਲ ਨੂੰ ਬਚਾਉਣਾ, ਆਪਣੀ ਕੌਮ ਦੀ ਜਥੇਬੰਦੀ ਬਚਾਉਣਾ, ਵਿਰਸਾ ਸਿੰਘ ਬਲਟੋਏ ਨੂੰ ਜਿਤਾਉਣਾ ਪੈਣਾ ਹੀ ਪੈਣਾ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਤੁਹਾਡਾ ਹੋ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।